ਸਤਿ ਸ੍ਰੀ ਅਕਾਲ ਜੀ, ਮੈਂ ਜਤਿੰਦਰ ਕੌਰ ਸਵਾਗਤ ਕਰਦੀ ਤੁਹਾਡਾ ਹੁਨਰ ਪੰਜਾਬ ਦੇ ਚੈਨਲ ਵਿੱਚ। ਅੱਜ ਆਪਾਂ ਸਿੱਖਾਂਗੇ ਫੁਲਕਾਰੀ ਕਢਾਈ ਦੇ ਟਾਂਕੇ। ਫੁਲਕਾਰੀ ਕਢਾਈ ਪੱਟ ਦੇ ਤਾਗਿਆਂ ਨਾਲ ਕੀਤੀ ਹੋਈ ਬਹੁਤ ਹੀ ਸੋਹਣੀ ਲੱਗਦੀ ਹੈ। ਫੁਲਕਾਰੀ ਕਿਹੋ ਜਿਹੀ ਕਢਾਈ ਹੈ, ਇਹ ਅੱਜ ਦੇ ਜ਼ਮਾਨੇ ਵਿੱਚ ਵੀ ਪੰਜਾਬ ਦੀ ਹਰ ਮੁਟਿਆਰ ਦੀ ਪਸੰਦ ਹੈ। ਹਰ ਕੋਈ ਇਸ ਨੂੰ ਬਹੁਤ ਪਸੰਦ ਕਰਦਾ ਅਤੇ ਹਰ ਕੋਈ ਇਸ ਨੂੰ ਬਣਾਉਣਾ ਚਾਹੁੰਦਾ। ਅੱਜ ਆਪਾਂ ਇਸ ਨੂੰ ਬਣਾਉਣ ਦਾ ਤਰੀਕਾ ਸਿੱਖਾਂਗੇ। ਇਹ ਆਪਣੇ ਕੋਲ ਫੁਲਕਾਰੀ ਦੇ ਬਣੇ ਹੋਏ ਪੈਟਰਨ ਹਨ। ਇਸ ਨੂੰ ਫਰੇਮ ਲਾ ਕੇ ਅਤੇ ਬਿਨਾਂ ਫਰੇਮ ਤੋਂ ਵੀ ਕੀਤਾ ਜਾ ਸਕਦਾ ਹੈ। ਫਰੇਮ ਲਾ ਕੇ ਕਰਨ ਨਾਲ ਥੋੜ੍ਹੀ ਆਸਾਨ ਹੋ ਜਾਂਦੀ ਹੈ। ਇਸ ਤਰ੍ਹਾਂ ਇਹਦੇ ਵਾਸਤੇ ਦੂਰਾ ਹੀ ਧਾਗਾ ਵਰਤਿਆ ਜਾਂਦਾ। ਦੂਰੇ ਧਾਗੇ ਵਿੱਚ ਸੂਈ ਕੱਢ ਕੇ ਇਸ ਤਰ੍ਹਾਂ ਆਪਾਂ ਨੇ ਕੱਪੜੇ ਦੇ ਤਿੰਨ ਜਾਂ ਦੋ ਟਾਂਕੇ ਚੱਕਣੇ ਨੇ। ਜਿਵੇਂ ਪੱਤੀ ਦੀ ਸ਼ੇਪ ਹੈ ਉਸੇ ਤਰ੍ਹਾਂ ਹੀ ਉੱਪਰ ਤੱਕ ਅਸੀਂ ਟਾਂਕੇ ਚੱਕਣੇ ਨੇ। ਇੱਕ ਟਾਂਕਾ ਪਾਉਣ ਤੋਂ ਬਾਅਦ ਦੁਬਾਰਾ ਵਾਪਸੀ ਕਰਨੀ ਹੈ। ਟਾਂਕੇ ਦੇ ਉੱਪਰਲੀ ਸਾਈਡ ਤੋਂ ਟਾਂਕਾ ਚੱਕਣਾ ਤਾਂ ਕਿ ਇਹ ਲਹਿਰੀਏ 'ਚ ਬਣੇ। ਇਹ ਕਢਾਈ ਲਹਿਰੀਏ 'ਚ ਬਣੀ ਹੋਈ ਬਹੁਤ ਹੀ ਪਿਆਰੀ ਲੱਗਦੀ ਹੈ। ਇਸ ਤਰ੍ਹਾਂ ਆਪਾਂ ਨੇ ਥੋੜ੍ਹਾ ਜਿਹਾ ਧਿਆਨ ਨਾਲ ਦੇਖੋ ਤਾਂ ਇਹ ਬਹੁਤ ਹੀ ਆਸਾਨ ਹੈ। ਇਹ ਕੱਚੇ ਟਾਂਕੇ ਵਿੱਚ ਹੀ ਬਣਾਈ ਜਾਂਦੀ ਹੈ। ਕੱਪੜੇ ਦੇ ਦੋ ਤਾਗੇ ਆ ਤਿੰਨ ਤਾਗੇ ਚੱਕਣੇ ਨੇ ਅਤੇ ਤਾਗੇ ਦਾ ਟਾਂਕਾ ਲੰਬਾ ਹੁੰਦਾ। ਪੱਤੀ ਦੀ ਸ਼ੇਪ ਦੇ ਹਿਸਾਬ ਨਾਲ ਉੱਪਰ ਨੂੰ ਜਾਈ ਜਾਣਾ। ਥੋੜ੍ਹਾ ਜਿਹਾ ਧਿਆਨ ਨਾਲ ਤਾਗਾ ਖਿੱਚਣਾ ਕਿਉਂਕਿ ਪੱਟ ਰੇਸ਼ਮੀ ਹੋਣ ਕਰਕੇ ਉਲਝਦਾ ਬਹੁਤ ਜ਼ਿਆਦਾ। ਜੇ ਤੁਹਾਨੂੰ ਲੱਗੇ ਥੱਲੇ ਤੋਂ ਟਾਂਕਾ ਲੰਬਾ ਹੋ ਰਿਹਾ ਤਾਂ ਤੁਸੀਂ ਇੱਕ ਟਾਂਕਾ ਹੋਰ ਸਟਾਰਟ ਕਰ ਸਕਦੇ ਹੋ। ਇਹ ਕਢਾਈ ਦੁਪੱਟਿਆਂ 'ਤੇ, ਸੂਟਾਂ 'ਤੇ, ਖੱਦਰ ਦੀਆਂ ਫੁਲਕਾਰੀਆਂ, ਬਾਗ ਆਦਿ ਦੇ ਰੂਪ ਵਿੱਚ ਬਣਦੀਆਂ ਹਨ। ਸੂਟਾਂ 'ਤੇ ਕਰੀ ਹੋਈ ਫੁਲਕਾਰੀ ਵੀ ਬਹੁਤ ਹੀ ਸੋਹਣੀ ਲੱਗਦੀ ਹੈ। ਇਹ ਹਰ ਵਕਤ ਫੈਸ਼ਨ 'ਚ ਰਹਿੰਦੀ ਹੈ। ਵਿਆਹਾਂ ਸ਼ਾਦੀਆਂ ਦੇ ਮੌਕਿਆਂ 'ਤੇ ਫੁਲਕਾਰੀ ਦੇ ਦੁਪੱਟੇ ਲਏ ਹੋਏ ਬੜੇ ਹੀ ਸੋਹਣੇ ਲੱਗਦੇ ਨੇ। ਸਿੱਖਣ ਵਿੱਚ ਇਹ ਬਹੁਤ ਆਸਾਨ ਹੈ। ਥੋੜ੍ਹਾ ਜਿਹਾ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਬੜੀ ਆਸਾਨੀ ਨਾਲ ਇਹ ਆ ਜਾਣੀ ਹੈ। ਇੱਕ ਸਾਈਡ ਦੀ ਪੱਤੀ ਪੂਰੇ ਹੋਣ ਤੋਂ ਬਾਅਦ ਕੰਟਰਾਸਟ ਕਲਰ ਨਾਲ ਅਸੀਂ ਦੂਜੀ ਸਾਈਡ ਪੱਤੀ ਦੀ ਸ਼ੁਰੂ ਕਰਾਂਗੇ। ਇਹ ਕਢਾਈ ਡਾਰਕ ਰੰਗਾਂ ਵਿੱਚ ਹੀ ਕਰੀ ਹੋਈ ਸੋਹਣੀ ਲੱਗਦੀ ਹੈ ਅਤੇ ਇਸ ਵਿੱਚ ਕਲਰ ਵੀ 3-4 ਵਰਤੇ ਜਾਂਦੇ ਨੇ। ਦੋ ਤਾਂ ਘੱਟੋ ਘੱਟ, ਨਹੀਂ ਤਾਂ 4 ਕਲਰ ਵੀ ਵਰਤੇ ਜਾਂਦੇ ਨੇ। ਪੱਟ ਦਾ ਤਾਗਾ ਇੱਕ ਪੱਤੀ ਦੇ ਬਰਾਬਰ ਹੀ ਪਾਉਣਾ ਹੈ, ਜ਼ਿਆਦਾ ਲੰਬਾ ਤਾਗਾ ਨਹੀਂ ਵਰਤਣਾ ਕਿਉਂਕਿ ਇਹ ਸਿਲਕੀ ਹੋਣ ਕਰਕੇ ਫਿਰ ਉਲਝਦਾ ਬਹੁਤ ਹੈ। ਇਸ ਲਈ ਇੱਕ ਪੱਤੀ ਦੇ ਹਿਸਾਬ ਨਾਲ ਹੀ ਲੰਬਾ ਤਾਗਾ ਤੁਸੀਂ ਪਾਉਣਾ। ਇਸ ਤਰ੍ਹਾਂ ਹੀ ਟਾਂਕੇ ਹਲਕੇ ਹਲਕੇ ਚੱਕਦੇ ਜਾਣੇ ਨੇ ਅਤੇ ਲਹਿਰੀਆ ਬਣਦਾ ਜਾਵੇਗਾ। ਫੁਲਕਾਰੀ ਦੇ 3-4 ਤਰ੍ਹਾਂ ਦੇ ਪੈਟਰਨ ਬਣਦੇ ਨੇ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਹੀ ਦਿਖਾਇਆ ਹੈ। ਇੱਕ ਛੋਟਾ ਫਲਾਵਰ ਬਣਦਾ ਜੋ ਇੱਕ ਹੀ ਟਾਂਕੇ ਨਾਲ ਕੰਪਲੀਟ ਹੁੰਦਾ। ਫੁਲਕਾਰੀ ਨੂੰ ਅੱਜ ਕੱਲ੍ਹ ਇੰਟਰਨੈਸ਼ਨਲ ਲੈਵਲ 'ਤੇ ਵੀ ਪਹੁੰਚਾ ਦਿੱਤਾ ਗਿਆ ਹੈ। ਜੇ ਤੁਸੀਂ ਇਸ ਕਢਾਈ ਨੂੰ ਚੰਗੀ ਤਰ੍ਹਾਂ ਸਿੱਖ ਲਓਗੇ ਤਾਂ ਇਹਦੇ ਨਾਲ ਤੁਸੀਂ ਕੋਈ ਆਪਣਾ ਬਿਜ਼ਨਸ ਵੀ ਸ਼ੁਰੂ ਕਰ ਸਕਦੇ ਹੋ। ਇਸ ਤਰ੍ਹਾਂ ਇਹ ਪੱਤੀ ਪੂਰੀ ਹੋਣ ਤੋਂ ਬਾਅਦ ਤਾਗੇ ਨੂੰ
थले ले जा के चंगी तरह दो गठा मार के थोड़ा जा धागा अगले टांके च लंघा के ताकि यह निकले ना, सूई की सह कैंची की सहायता नाल कट देना। पत्ती बनी हुई इस तरह लगेगी। इस तरह यह सारा फुल कंप्लीट कर देना कंट्रास्ट रंगा नाल। आ हुण असी फुलकारी का छोटा फ्लावर बनाना, यह एक ही बार च कंप्लीट हो जाता। इस तरह एक एक टांका चकते जाना ते अगली साइड नू बढ़ते जाना। फुलकारी की कढ़ाई की एक खासियत है, इस धागा थले घट ते उपर ज़्यादा आता है। इस तरीके नाल बनाई हुई कढ़ाई बहुत ही आसान लगती है। छोटा पैटर्न तो बहुत ही जल्दी कंप्लीट हो जाता है। जिमें भी पत्ती की शेप है उस तरह तुसी टंका लंदा जाना। ऐसे तरह आप इस साइड तो स्टार्ट करना। इस तरह असी छोटा फ्लावर कंप्लीट कर लिया ते थले ले जा के तगे नू गठ मार के कट देना। इहदे सेंटर विच चाहे तो आप बूर पा दिए, चाहे कोई छोटा मोती जां शीशा वगैरह भी लगा सकते हैं। अगले टांके च असी थानू शीशा लाना भी दसांगे। बूर टांका थानू टांकियां विच दसिया होया है। इस तरह इहदे विच गुलाई च बूर पा देना। बूर टांका थोड़ा जा खिंचण लगे ध्यान रखना ताकि गठ थले ना चले जाए। इस तरह गठ मार के इस तरह हल्के हाथ गुलाई च पूरा कंप्लीट कर देना। थले गठ मार के धागा हमेशा कैंची की सहायता नाल ही कटना है। ये बहुत जरूरी नुक्ता है। आ देखो इस तरह आपने फुलकारी दे तीन डिजाइन बना रखे ने। जे ये वीडियो थानू चंगी लगी तो वीडियो नू लाइक शेयर ते सब्सक्राइब जरूर कर देना। सतनाम वाहिगुरु, वाहिगुरु जी का खालसा।